ਬੜੀ ਦੇਰ ਦੀ ਜਿਹੜੀ ਮੰਗ ਕੀਤੀ ਜਾ ਰਹੀ ਸੀਗੀ ਆਰੋਪੀ ਨੂੰ ਜਿਹੜਾ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਜਿਹੜੀ ਹੋਣੀ ਚਾਹੀਦੀ ਹੈ। ਪਹਿਲਾਂ ਤਾਂ ਮੈਂ ਪਰਮਾਤਮਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਕਿਰਪਾ ਰੂਪੀ ਸਿਰ 'ਤੇ ਹੱਥ ਰੱਖ ਕੇ ਜੱਜ ਸਾਹਿਬ ਦੇ ਇਹਨਾਂ ਨੇ ਫੈਸਲਾ ਇਹ ਵਧੀਆ ਪਵਾਇਆ ਜੀ। ਦੂਜੇ ਨੰਬਰ 'ਤੇ ਮੈਂ ਜੱਜ ਸਾਹਿਬ ਦਾ ਕੋਰਟ ਦਾ ਤਹਿ ਦਿਲੋਂ ਧੰਨਵਾਦ ਕਰਦਾ। ਇਹ ਜਿਹੜੇ ਜੱਜ ਹੁੰਦੇ ਆ ਨਾ ਇਹ ਪਵਿੱਤਰ ਰੂਹਾਂ ਜੀ, ਇਹਨਾਂ ਦਾ ਸੁਪਰੀਮ ਕੋਰਟ ਦੇ ਦਿੱਲੀ ਜੱਜ ਚਾਹੀਦੇ ਆ ਇਹ, ਕਿਉਂ ਪੂਰਾ ਇਨਸਾਫ ਦਿੱਤਾ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ। ਬਾਕੀ ਮੇਰੇ ਵਕੀਲ ਆ ਪਰਉਪਕਾਰ ਘੁੰਮਣ, ਇਹਨਾਂ ਨੇ ਮੇਰੇ ਤੋਂ ਅੱਜ ਤੱਕ ਇੱਕ ਰੁਪਈਆ ਨਹੀਂ ਲਿਆ, ਨਾ ਹੀ ਕਹਿੰਦੇ ਮੈਂ ਲੈਣਾ ਜ਼ਿੰਦਗੀ 'ਚ ਵੀ, ਕਹਿੰਦੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈਣਾ। ਕਹਿੰਦੇ ਇਹ ਕੇਸ ਦਾ ਨਹੀਂ, ਕਹਿੰਦੇ ਕੋਈ ਵੀ ਪਰਮਾਤਮਾ ਨਾ ਕਰੇ ਤੁਹਾਡੇ ਕੋਲ ਲੋੜ ਪਈ, ਮੈਂ ਜ਼ਿੰਦਗੀ 'ਚ ਕਦੇ ਤੁਹਾਡੇ ਤੋਂ ਪੈਸਾ ਨਹੀਂ ਲਊਂਗਾ। ਤਹਿ ਦਿਲੋਂ ਇਹਨਾਂ ਦਾ ਸ਼ੁਕਰਾਨਾ ਕਰਦਾ ਅਤੇ ਬੀ ਡੀ ਗੁਪਤਾ ਜੀ ਦਾ, ਇਹਨਾਂ ਦੇ ਜੋ ਮੈਂ ਅੱਜ ਫੈਸਲਾ ਜਿੱਤਿਆ ਉਹ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ ਅਤੇ ਪਰਉਪਕਾਰ ਘੁੰਮਣ ਜੀ ਦੀ ਬਦੌਲਤ ਜਿੱਤ ਸਕਦੇ। ਇਹ ਘਰ ਬੇਟੇ ਜਿਹੜਾ ਪਵਿੱਤਰ ਹੁੰਦਾ ਧੀਆਂ ਦੇ ਨਾਲ ਹੁੰਦਾ। ਲੋਕ ਕਹਿੰਦੇ ਆ ਮੇਰੇ ਮੁੰਡਾ ਹੋਵੇ, ਮੈਂ ਤਾਂ ਜਦੋਂ ਮੇਰੇ ਜਦੋਂ ਪੋਤਾ ਹੋਇਆ ਉਹਦੀ ਮੈਂ ਖੁਸ਼ੀ ਘੱਟ ਕੀਤੀ ਸੀ, ਜਦੋਂ ਮੇਰੇ ਦਿਲੋਜ ਹੋਈ ਆ ਪੋਤੀ ਮੇਰੀ ਇਹਦੀ ਮੈਂ ਖੁਸ਼ੀ ਵੱਧ ਮਨਾਈ ਸੀ ਘਰੇ। ਇਹਨੂੰ ਢੋਲ ਢਮੱਕੇ ਪੂਰੇ ਠਾਰ ਨਾਲ ਲੈ ਕੇ ਗਿਆ ਸੀ ਘਰੇ। ਅੱਜ ਹੁਣ ਇਹਦੇ ਅਸਲੀ ਘਰੇ ਮੈਂ ਆਇਆ ਜਿੱਥੇ ਉਹ ਪਾਪਨ ਡੈਨ ਉਹਨੂੰ ਘਰ ਬਣਾ ਕੇ ਗਈ ਆ, ਇੱਥੇ ਮੈਂ ਬੇਨਤੀਆਂ ਕਰਨ ਆਇਆ ਝੋਲੀਆਂ ਅੱਡ ਕੇ ਲੈ ਦਿਲੋਏ। ਹੁਣ ਤੈਨੂੰ ਪਤਾ ਬਹੁਤ ਚਿਰ ਹੋ ਗਿਆ ਇੱਥੇ, 2 ਸਾਲ ਅਤੇ 4 ਮਹੀਨੇ 21 ਦਿਨ ਹੋ ਗਏ ਅੱਜ ਇੱਥੇ ਤੈਨੂੰ ਬੈਠੀ ਨੂੰ। ਹੁਣ ਮੈਂ ਤੈਨੂੰ ਪੁੱਤ ਮੈਂ ਲਾਲ ਲੈਣ ਆਇਆ, ਹੁਣ ਮੇਰੇ ਨਾਲ ਤੁਹਾਡੇ ਬੇਨਤੀਆਂ ਕਰਦਾ ਤੁਹਾਡੇ ਜ਼ਰੀਏ ਲੈ ਹੁਣ ਮੇਰੇ ਘਰੇ ਆ ਜਾਵੇ ਹੁਣ ਦਿਲੋਂ। ਕਦੇ ਵੀ ਭੁੱਲ ਨਹੀਂ ਸਕਦੇ, ਬੇਸ਼ੱਕ ਜਿਹੜੀ ਫੈਸਲਾ ਦਾ ਜਿਹੜਾ ਸੁਣਾਈ ਦਿੱਤਾ ਗਿਆ ਮਾਨਯੋਗ ਅਦਾਲਤ ਵੱਲੋਂ, ਪਰ ਭੁੱਲਿਆ ਨਹੀਂ ਜਾ ਸਕਦਾ। ਜਦੋਂ ਤੁਸੀਂ ਮੇਰੇ ਭੈਣ ਭਰਾ ਨਹੀਂ ਭੁੱਲੇ ਮੈਂ ਤਾਂ ਭੁੱਲ ਕਿੱਥੇ ਸਕਦਾ, ਜਦੋਂ ਤੁਸੀਂ ਨਹੀਂ ਆ ਪੂਰਾ ਇੰਨਾ ਦੁਨੀਆ ਖੜੀ ਆ ਮੇਰੇ ਭੈਣ ਭਰਾ ਬੱਚੇ ਬਜ਼ੁਰਗ ਇਹ ਨਹੀਂ ਤੁਸੀਂ ਭੁੱਲੇ, ਮੈਂ ਤਾਂ ਭੁੱਲ ਨਹੀਂ ਸਕਦਾ, ਮੈਂ ਤਾਂ ਹਰ ਟਾਈਮ ਮੇਰੇ ਯਾਦ ਆ ਜੀ। ਬਿਲਕੁਲ ਪੂਰੇ ਵਰਡ ਦੀਆਂ ਫਾਂਸੀ ਦੀ ਮੰਗ ਸੀਗੀ, ਦੁਆਵਾਂ ਸੀਗੀਆਂ ਤੇ ਉਹ ਮੰਗ ਪੂਰੀ ਹੋਈ ਆ। ਅੱਜ ਤੁਸੀਂ ਫੇਰ ਨਮਨ ਕਰਨ ਵਾਸਤੇ ਜਿਸ ਜਗ੍ਹਾ ਤੇ ਪਹੁੰਚੇ ਹੋ, ਜਿਸ ਜਗ੍ਹਾ ਦੇ ਉੱਤੇ ਬੇਰਹਿਮੀ ਨਾਲ ਉਸ ਜਿਹੜਾ ਦੱਬਿਆ ਗਿਆ ਸੀ, ਲੱਗਦਾ ਕਿ ਜਿਹੜੀਆਂ ਯਾਦਾਂ ਨੇ ਬਾਰ ਬਾਰ ਉੱਠਾਉਂਦੀਆਂ ਨੇ। ਬਿਲਕੁਲ ਇੱਥੇ ਖੜ ਕੇ ਲੱਤਾਂ ਸਰੀਰ ਦਾ ਬੋਝ ਨਹੀਂ ਚੱਲਦੀਆਂ ਇਸ ਜਗ੍ਹਾ ਤੇ ਖੜ ਕੇ। ਬੇਟੀ ਦੀ ਫੋਟੋ ਹਮੇਸ਼ਾ ਤੁਸੀਂ ਆਪਣੇ ਨਾਲ ਰੱਖਦੇ ਹੋ, ਅੱਜ ਵੀ ਉਨਾ ਹੀ ਯਾਦ ਆਉਂਦੀ ਜਿੰਨਾ ਉਸ ਸਮੇਂ ਦੇ ਜੋ ਹਾਲਾਤ ਸੀ, ਅੱਖਾਂ ਮੁਰੇ ਆਉਂਦੀਆਂ ਤਸਵੀਰਾਂ। ਬਿਲਕੁਲ 2.5 ਸਾਲ ਦਾ ਸੰਘਰਸ਼ ਵਿੱਚ ਇੱਕ ਇੱਕ ਦਿਮਾਗ 'ਚ ਭੁਲੇਖਾ ਸੀ ਕਿ ਉਹਨੂੰ ਸਜ਼ਾ ਦਵਾ ਕੇ ਸ਼ਾਇਦ ਮੈਂ ਆਪਣੇ ਬੱਚੇ ਨੂੰ ਵਾਪਸ ਪਾ ਲੂੰਗੀ, ਪਰ ਨਹੀਂ, ਮੈਂ ਫਿਰ ਵੀ ਅਜੇ ਖਾਲੀ ਹੱਥਾਂ ਉਹੀ ਦਿਲ ਰੋਜ਼ ਚਾਹੀਦੀ ਹੈ ਮੈਨੂੰ ਬਾਬਾ ਜੀ ਅੱਗੇ ਅਰਦਾਸ ਆ। ਬਿਲਕੁਲ ਸਾਰੀਆਂ ਸੰਗਤ ਦੀ ਅਰਦਾਸਾਂ ਸੀ ਉਹਨੂੰ ਕਾਤਲ ਨੂੰ ਫਾਂਸੀ ਦੀ ਸਜ਼ਾ ਹੋਵੇ, ਸੰਗਤ ਦੀ ਅਰਦਾਸਾਂ ਤੇ ਬੂਰ ਪਿਆ। ਜੱਜ ਸਾਹਿਬ ਦਾ ਕੋਟਨ ਕੋਟ ਧੰਨਵਾਦ ਉਸ ਪਰਮਾਤਮਾ ਦਾ, ਮੇਰੇ ਵਕੀਲ ਪਰਉਪਕਾਰ ਘੁੰਮਣ ਜੀ, ਬੀ ਡੀ ਗੁਪਤਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਇੰਨੀ ਲੜਾਈ ਲੜ ਕੇ ਸੱਚ ਦੀ ਜਿੱਤ ਹੋਈ ਹੈ ਜੀ। ਸਾਰੀ ਸੰਗਤ ਅਰਦਾਸ ਕਰੋ ਸਾਡੀ ਦਿਲੋਂ ਜੁੜ ਸਾਡੇ ਘਰੇ ਫੇਰ ਵਾਪਸ ਆ ਜਾਓ, ਇਹ ਸਭ ਕਲਕਾਰੀਆਂ ਸਾਡੇ ਘਰੇ ਫੇਰ ਵੱਜਣ ਜੀ। ਨਹੀਂ ਜੀ, ਇਹ ਤਾਂ ਕਦੇ ਵੀ ਨੀ ਭੁੱਲ ਸਕਦੇ, ਸਾਰੀ ਉਮਰ ਨੀ ਭੁੱਲ ਸਕਦੇ ਜੀ ਜੋ ਉਹਨੇ ਕੀਤਾ ਜੀ।
ਦੇਖੋ ਇੱਕ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ, 2.5 ਸਾਲ ਪਹਿਲਾਂ ਜਦੋਂ ਇਹ ਹੋਈ ਤਾਂ ਵਿਸ਼ਵਾਸ ਨਹੀਂ ਹੋ ਰਿਹਾ ਸੀਗਾ ਕਿ ਅੱਜ ਦੇ ਯੁੱਗ ਦੇ ਵਿੱਚ ਕੋਈ ਛੋਟੇ ਬੱਚੇ ਨਾਲ ਵੀ ਇਸ ਤਰ੍ਹਾਂ ਦਾ ਘਿਨਾਉਣਾ ਕਾਂਡ ਕੋਈ ਕਰ ਸਕਦਾ, ਘਿਨਾਉਣੀ ਹਰਕਤ ਕਰ ਸਕਦਾ, ਕਿਸ ਢੰਗ ਨਾਲ ਉਸ ਬੱਚੀ ਨੂੰ ਮੂੰਹ ਦੇ ਵਿੱਚ ਰੇਤਾ ਪਾ ਕੇ ਉਹਦੀ ਹੱਤਿਆ ਕਰਤੀ ਗਈ। ਔਰ ਬੜਾ ਹੀ ਮਨ ਖਰਾਬ ਹੋਇਆ, ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਇਸ ਗੱਲ ਦਾ ਦੁੱਖ ਵੀ ਆਇਆ ਕਿ ਬਈ ਅੱਜ ਦਾ ਸਿਸਟਮ ਸਾਡਾ ਕਿੱਦਾਂ ਦਾ ਹੋ ਗਿਆ। ਔਰ 2.5 ਸਾਲ ਲਗਾਤਾਰ ਫਿਰ ਕੋਰਟ ਦੇ ਵਿੱਚ, ਮੈਂ ਤਾਂ ਵਿਸ਼ੇਸ਼ ਕਰਕੇ ਦੇਖੋ ਬੜੇ ਲੋਕ ਵੀ ਇਸ ਦੁਨੀਆਂ 'ਚ ਬਹੁਤ ਨੇ, ਪਰ ਕਾਰ ਸਿੰਘ ਘੁੰਮਣ ਜੀ ਜਿਹੜੇ ਜਿਨ੍ਹਾਂ ਨੇ ਕੇਸ ਲੜਿਆ, ਉਹਨਾਂ ਨੇ ਇੱਕ ਵੀ ਪੈਸਾ ਨਹੀਂ ਲਿੱਤਾ ਹਰਪ੍ਰੀਤ ਸਿੰਘ ਉਹਨਾਂ ਤੋਂ, ਉਹਨਾਂ ਦੇ ਪਰਿਵਾਰ ਤੋਂ, ਬੱਚੀ ਦੇ ਮਾਂ ਬਾਪ ਤੋਂ ਕੋਈ ਬਿਨਾਂ ਪੈਸਾ ਲਿੱਤਾ ਉਹਨਾਂ ਨੇ ਇਹ ਕੇਸ ਨੂੰ ਲੜਿਆ। ਔਰ ਕੱਲ੍ਹ ਫੈਸਲਾ ਆਇਆ, ਮਾਨਯੋਗ ਅਦਾਲਤ ਨੇ ਵੀ ਜੋ ਸਭ ਤੋਂ ਜ਼ਿਆਦਾ ਕੜੀ ਤੋਂ ਕੜੀ ਸਜ਼ਾ ਸੀ ਉਹ ਕੜੀ ਤੋਂ ਕੜੀ ਸਜ਼ਾ ਸੁਣਾਉਂਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਹੈ। ਔਰ ਪਰ ਅੱਜ ਵੀ ਮਨ ਨੂੰ ਇਹ ਕਿਤੇ ਨਾ ਕਿਤੇ ਮਲਾਲ ਹੈ ਕਿ ਉਹ ਛੋਟੀ ਬੱਚੀ ਚਲੀ ਗਈ ਹੈਗੀ। ਨਹੀਂ ਦੇਖੋ ਲੋਕਾਂ ਨੂੰ ਤਾਂ ਮੈਸੇਜ ਜਾਂਦਾ ਹੀ ਹੈ ਜਦੋਂ ਕੋਈ ਇੱਦਾਂ ਦੇ ਘਿਨਾਉਣੇ ਕਾਂਡ ਹੁੰਦੇ ਆ, ਜਦੋਂ ਇੱਦਾਂ ਦਾ ਕੋਈ ਕ੍ਰਾਈਮ ਹੁੰਦਾ ਹੈਗਾ, ਅਤੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਿ ਅੱਗਿਓਂ ਕੋਈ ਇੱਦਾਂ ਦੀ ਕੋਈ ਗੱਲ ਨਾ ਕਰੇ, ਅੱਗਿਓਂ ਇੱਦਾਂ ਦਾ ਦੁਬਾਰਾ ਫਿਰ ਕੋਈ ਇਸ ਤਰ੍ਹਾਂ ਦੀ ਦਹਿਸ਼ਤ ਭਰੀ ਘਟਨਾ ਨਾ ਹੋਵੇ, ਅਤੇ ਉਹਦੇ ਵਾਸਤੇ ਕੋਰਟ ਨੇ ਇਹ ਫੈਸਲਾ ਜਿਹੜਾ ਹੈ ਉਹ ਸੁਣਾਇਆ, ਉਹ ਵਾਕਈ ਸ਼ਲਾਘਾਯੋਗ ਹੈਗਾ ਤਾਂ ਕਿ ਅੱਗੇ ਨੂੰ ਕ੍ਰਾਈਮ 'ਤੇ ਠੱਲ ਪਾਈ ਜਾ ਸਕੇ। ਪਹਿਲਾਂ ਤਾਂ ਮੈਂ ਪਰਮਾਤਮਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਕਿਰਪਾ ਰੂਪੀ ਸਿਰ 'ਤੇ ਹੱਥ ਰੱਖ ਕੇ ਜੱਜ ਸਾਹਿਬ ਦੇ ਇਹਨਾਂ ਨੇ ਫੈਸਲਾ ਇਹ ਵਧੀਆ ਦਵਾਇਆ ਜੀ। ਦੂਜੇ ਨੰਬਰ 'ਤੇ ਮੈਂ ਜੱਜ ਸਾਹਿਬ ਦਾ ਕੋਰਟ ਦਾ ਤਹਿ ਦਿਲੋਂ ਧੰਨਵਾਦ ਕਰਦਾ। ਇਹ ਜਿਹੜੇ ਜੱਜ ਹੁੰਦੇ ਆ ਨਾ, ਇਹ ਪਵਿੱਤਰ ਰੂਹਾਂ ਜੀ, ਇਹਨਾਂ ਤਾਂ ਸੁਪਰੀਮ ਕੋਰਟ ਦੇ ਦਿੱਲੀ ਜੱਜ ਚਾਹੀਦੇ ਆ ਇਹ, ਕਿਉਂ ਪੂਰਾ ਇਨਸਾਫ ਦਿੱਤਾ, ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਕੀਤਾ। ਬਾਕੀ ਮੇਰੇ ਵਕੀਲ ਆ ਪਰਉਪਕਾਰ ਘੁੰਮਣ, ਇਹਨਾਂ ਨੇ ਮੇਰੇ ਤੋਂ ਅੱਜ ਤੱਕ ਇੱਕ ਰੁਪਈਆ ਨਹੀਂ ਲਿਆ, ਨਾ ਹੀ ਕਹਿੰਦੇ ਮੈਂ ਲੈਣਾ ਜ਼ਿੰਦਗੀ 'ਚ ਵੀ, ਕਹਿੰਦੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈਣਾ, ਕਹਿੰਦੇ ਇਹ ਕੇਸ ਦਾ ਨਹੀਂ, ਕਹਿੰਦੇ ਕੋਈ ਵੀ ਪਰਮਾਤਮਾ ਨਾ ਕਰੇ ਤੁਹਾਡੇ ਕੋਲ ਲੋੜ ਪਈ ਹੈ, ਮੈਂ ਜ਼ਿੰਦਗੀ 'ਚ ਕਦੇ ਤੁਹਾਡੇ ਤੋਂ ਪੈਸਾ ਨਹੀਂ ਲਊਂਗਾ। ਤੈਅ ਦਿਲੋਂ ਇਹਨਾਂ ਦਾ ਸ਼ੁਕਰਾਨਾ ਕਰਦਾ ਅਤੇ BD ਗੁਪਤਾ ਜੀ ਦਾ, ਇਹਨਾਂ ਦੇ ਜੋ ਮੈਂ ਅੱਜ ਫੈਸਲਾ ਜਿੱਤਿਆ ਉਹ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ ਅਤੇ ਪਰਉਪਕਾਰ ਘੁੰਮਣ ਜੀ ਦੀ ਬਦੌਲਤ ਜਿੱਤ ਸਕਦਾ। ਇਹ ਘਰ ਬੇਟੇ ਜਿਹੜਾ ਪਵਿੱਤਰ ਹੁੰਦਾ ਧੀਆਂ ਦੇ ਨਾਲ ਹੁੰਦਾ, ਲੋਕ ਕਹਿੰਦੇ ਆ ਮੇਰੇ ਮੁੰਡਾ ਹੋਵੇ, ਮੈਂ ਤਾਂ ਜਦੋਂ ਮੇਰੇ ਜਦੋਂ ਪੋਤਾ ਹੋਇਆ ਉਹਦੀ ਮੈਂ ਖੁਸ਼ੀ ਘੱਟ ਕੀਤੀ ਸੀ, ਜਦੋਂ ਮੇਰੇ ਦਿਲੋਂ ਹੋਈ ਆ ਪੋਤੀ ਮੇਰੀ ਇਹਦੀ ਮੈਂ ਖੁਸ਼ੀ ਵੱਧ ਮਨਾਈ ਸੀ ਘਰੇ, ਇਹਨੂੰ ਢੋਲ ਢਮੱਕੇ ਪੂਰੇ ਠਾਰ ਨਾਲ ਲੈ ਕੇ ਗਿਆ ਸੀ ਘਰੇ। ਅੱਜ ਹੁਣ ਇਹਦੇ ਅਸਲੀ ਘਰੇ ਮੈਂ ਆਇਆ ਜਿੱਥੇ ਉਹ ਪਾਪਨ ਡੈਨ ਉਹਨੂੰ ਘਰ ਬਣਾ ਕੇ ਗਈ ਆ, ਇੱਥੇ ਮੈਂ ਉਹਨੂੰ ਬੇਨਤੀਆਂ ਕਰਨ ਆਇਆ ਝੋਲੀਆਂ ਅੱਡ ਕੇ, ਲੈ ਦਿਲੋਂ ਹੁਣ ਤੈਨੂੰ ਪਤਾ ਬਹੁਤ ਚਿਰ ਹੋ ਗਿਆ ਇੱਥੇ, 2 ਸਾਲ ਅਤੇ 4 ਮਹੀਨੇ 21 ਦਿਨ ਹੋ ਗਏ ਅੱਜ ਇੱਥੇ ਤੈਨੂੰ ਬੈਠੀ ਨੂੰ, ਹੁਣ ਮੈਂ ਤੈਨੂੰ ਪੁੱਤ ਮੈਂ ਲਾਲ ਲੈਣ ਆਇਆ, ਹੁਣ ਮੇਰੇ ਨਾਲ ਤੁਹਾਡੇ ਬੇਨਤੀਆਂ ਕਰਦਾ ਤੁਹਾਡੇ ਜ਼ਰੀਏ, ਲੈ ਹੁਣ ਮੇਰੇ ਘਰੇ ਆ ਜਾਵੇ ਹੁਣ ਦਿਲੋਂ। ਜਦੋਂ ਤੁਸੀਂ ਮੇਰੇ ਭੈਣ ਭਰਾ ਨਹੀਂ ਭੁੱਲੇ, ਮੈਂ ਤਾਂ ਭੁੱਲ ਕਿੱਥੇ ਸਕਦਾ, ਜਦੋਂ ਤੁਸੀਂ ਨਹੀਂ ਆ ਪੂਰਾ ਇੰਨਾ ਦੁਨੀਆ ਖੜੀ ਆ, ਮੇਰੇ ਭੈਣ ਭਰਾ ਬੱਚੇ ਬਜ਼ੁਰਗ ਇਹ ਨਹੀਂ ਤੁਸੀਂ ਭੁੱਲੇ, ਮੈਂ ਤਾਂ ਭੁੱਲ ਨਹੀਂ ਸਕਦਾ, ਮੈਂ ਤਾਂ ਹਰ ਟਾਈਮ ਮੇਰੇ ਯਾਦ ਆ ਜੀ। ਬਿਲਕੁਲ ਪੂਰੇ ਵਰਡ ਦੀਆਂ ਫਾਂਸੀ ਦੀ ਮੰਗ ਸੀਗੀ, ਦੁਆਵਾਂ ਸੀਗੀਆਂ ਤੇ ਉਹ ਮੰਗ ਪੂਰੀ ਹੋਈ ਆ।
ਅੱਜ ਤੁਸੀਂ ਫਿਰ ਨਮਨ ਕਰਨ ਵਾਸਤੇ ਜਿਸ ਜਗ੍ਹਾ ਤੇ ਪਹੁੰਚੇ ਹੋ, ਜਿਸ ਜਗ੍ਹਾ ਦੇ ਉੱਤੇ ਬੇਰਹਿਮੀ ਹਾਊਸ ਨੂੰ ਜਿਹੜਾ ਦੱਬਿਆ ਗਿਆ ਸੀ, ਲੱਗਦਾ ਕਿ ਜਿਹੜੀਆਂ ਯਾਦਾਂ ਨੇ ਬਾਰ ਬਾਰ ਉਠਾਉਂਦੀਆਂ ਨੇ। ਬਿਲਕੁਲ, ਇੱਥੇ ਖੜ ਕੇ ਲੱਤਾਂ ਸਰੀਰ ਦਾ ਬੋਝ ਨਹੀਂ ਚੱਲਦੀਆਂ, ਇਸ ਜਗ੍ਹਾ ਤੇ ਖੜ